ਹੈਲੋ ਫਰੈਂਡਸ ਮੇਰੇ YouTube ਚੈਨਲ Less to Eat ਤੇ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਅਧਿਆਪਕ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਨੇ ਇੱਕ ਬੱਚਿਆਂ ਦੇ ਲਈ ਬਹੁਤ ਵੱਡਾ ਫੈਸਲਾ ਲਿਆ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਦੇਖ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਸਰਕਾਰ ਦੇ ਰਿਲੇਟਡ ਐਜੂਕੇਸ਼ਨ ਦੇ ਰਿਲੇਟਡ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਉਹ ਮੇਰੇ ਚੈਨਲ ਉੱਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਹੈ ਹਰ ਦਿਨ ਇਨਫੋਰਮੇਸ਼ਨ ਕੀ ਹੈ ਜੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਜੀ ਪੰਜਾਬ ਸਰਕਾਰ ਦੇ ਟਵਿੱਟਰ ਹੈਂਡਲ ਅਕਾਊਂਟ ਉੱਤੇ ਆ ਗਿਆ ਹਾਂ ਤੁਸੀਂ ਵੇਖ ਸਕਦੇ ਹੋ ਹੁਣ ਬਿਲਕੁਲ ਲਾਈਵ ਹੈ ਜੀ ਇਹ ਇੱਕ ਘੰਟੇ ਦੀ ਪਹਿਲਾਂ ਦੀ ਇਨਫੋਰਮੇਸ਼ਨ ਹੈ ਗਵਰਨਮੈਂਟ ਆਫ ਪੰਜਾਬ ਇਹਦੇ ਵਿੱਚ ਲਗਭਗ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਇਨਫੋਰਮੇਸ਼ਨ ਕੀ ਹੈ ਇਨਫੋਰਮੇਸ਼ਨ ਬੱਚਿਆਂ ਦੇ ਲਈ ਹੈ ਤੇ ਜਿਹੜੇ ਸਕੂਲ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਵੀ ਹੈ ਦਾ ਪੰਜਾਬ ਗਵਰਨਮੈਂਟ ਹੈਜ਼ ਡਿਸਾਈਡ ਟੂ ਡਿਕਲੇਅਰ ਸਮਰ ਵੈਕੇਸ਼ਨ ਇਨ ਗਵਰਨਮੈਂਟ ਕਾਲਜ ਐਂਡ ਯੂਨੀਵਰਸਿਟੀਆਂ ਆਫ ਸਟੇਟ ਫਰਮ ਮਈ 15 ਟੂ ਜੂਨ 15 ਤਾ ਜੀ ਇਹ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਹੈ ਜੀ ਤੁਸੀਂ ਵੇਖ ਸਕਦੇ ਹੋ ਮੋਸਟ ਇੰਪੋਰਟੈਂਟ ਡੇਟ ਮਈ 15 ਤੋਂ ਲੈ ਕੇ ਜੂਨ 15 ਤੱਕ ਜਿਹੜੇ ਪੰਜਾਬ ਸਰਕਾਰ ਦੇ ਜੋ ਵੀ ਕਾਲਜੇਜ਼ ਨੇ ਯੂਨੀਵਰਸਿਟੀਆਂ ਨੇ ਉਥੇ ਜਿਹੜੀ ਸਮਰ ਵੈਕੇਸ਼ਨ ਕਰ ਦਿੱਤੀ ਗਈ ਹੈ ਤਾਂ ਇਸ ਇਹ ਮੰਨ ਕੇ ਚੱਲੋ ਵੀ ਸਕੂਲਾਂ ਦੇ ਵਿੱਚ ਵੀ ਹੁਣ ਛੁੱਟੀਆਂ 15 ਮਈ ਤੋਂ ਲੈ ਕੇ 15 ਜੂਨ ਤੱਕ ਰਹੇਗੀ ਇਸ ਦੌਰਾਨ ਤੁਸੀਂ ਆਪਣੀ ਕਲਾਸਿਸ ਨੂੰ ਕਿਵੇਂ ਪ੍ਰਪੇਅਰ ਕਰ ਸਕਦੇ ਹੋ ਜੇਕਰ ਤੁਸੀਂ ਈਟੀਟੀ ਦੇ ਸਟੂਡੈਂਟ ਹੋ 9th ਤੇ 10 ਦੇ ਸਟੂਡੈਂਟ ਹੋ 11 12 ਦੇ ਸਟੂਡੈਂਟ ਹੋ ਤੁਹਾਡੇ ਲਈ ਇਸ ਚੈਨਲ ਉਤੇ ਵਕਫਾ ਪ੍ਰਕਾਰ ਦੀਆਂ ਕਲਾਸਿਸ ਆਉਂਦੀਆਂ ਰਹਿਣਗੀਆਂ ਤੇ ਈਟੀਟੀ ਫਸਟ ਇਅਰ ਸੈਕੰਡ ਇਅਰ ਦੀਆਂ ਕਲਾਸਿਸ ਇਸ ਉਤੇ ਚੱਲ ਰਹੀਆਂ ਨੇ ਜੇਕਰ ਤੁਸੀਂ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਹਰ ਕਿਸੇ ਤੇ ਕੰਮ ਦੀ ਵੀਡੀਓ ਹੈ ਕਿ ਜਿਹੜੀ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਹੈ ਜਿਹੜੀ ਆਪਣੀ ਛੁੱਟੀਆਂ ਨੇ 05 ਮਈ 15 ਤੋਂ ਲੈ ਕੇ ਜੂਨ 15 ਤੱਕ ਕਰ ਦਿੱਤੀ ਗਈ ਹੈ ਅੱਜ 7 ਮਈ ਹੋਈ ਹੈ ਤਾਂ ਤੁਸੀਂ ਮੰਨ ਕੇ ਚੱਲੋ ਜੀ ਲੋਕਡਾਊਨ ਦੀ ਸਥਿਤੀ ਜਦੋਂ ਤੱਕ ਸਹੀ ਨਹੀਂ ਹੋ ਜਾਂਦੀ ਇਹ ਛੁੱਟੀਆਂ ਅੱਗੇ ਹੀ ਜਾਣਗੀਆਂ ਇਸ ਦੇ ਰਿਗਾਰਡਿੰਗ ਜੋ ਵੀ ਇਨਫੋਰਮੇਸ਼ਨ ਹੋਏਗੀ ਚਾਹੇ ਉਹ ਪੇਪਰਾਂ ਦੇ ਰਿਲੇਟਿਡ ਹੋਵੇ 12th ਦੇ ਚਾਹੇ ਉਹ ਹੋਰ ਕਿਸੇ ਸਬਜੈਕਟ ਨੂੰ ਲੈ ਕੇ ਹੋਵੇ ਚਾਹੇ ਅੰਬੈਸਡਰ ਆਫ ਹੋਪ ਨੂੰ ਲੈ ਕੇ ਹੋਵੇ ਤਾਂ ਇਸ ਉੱਤੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਦਾ ਬਟਨ ਦਬਾ ਦਿਓ ਤੇ ਵਰਤਮਾਨ ਇਸ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਵੈਰੀ ਮੱਚ